ਜੀ ਮੇਰਾ ਨਾਮ ਹੈ ਪਿੰਡ ਰਪਾਲ ਪੱਤੀ ਕਿਲੇ ਵਾਲੀ ਪੱਤੀ ਕਿਲੇ ਵਾਲੀ ਕੀ ਹੋਇਆ ਹੋਇਆ ਵੀ ਟੈਂਪੂ ਹੀ ਇਹਨਾਂ ਕੋਲੋਂ ਟੈਂਪੂ ਇਹਨਾਂ ਨੇ ਮਾਰਿਆ ਉਹਨਾਂ ਦੇ ਵਿੱਚ ਬੈਠੇ ਕੁਰਸੀਆਂ ਦੇ ਤੇ ਉਹਨਾਂ ਦੇ ਵਿੱਚ ਮਾਰਿਆ ਤੇ ਉਹਨਾਂ ਨੇ ਦੌਕਾ ਮਾਰਿਆ ਵੀ ਕਦ ਤੁਹਾਡੇ ਵਿੱਚ ਟੈਂਪੂ ਮਾਰਿਆ ਵਿੱਚ ਸਮੈਕ ਵੀ ਵੇਚਣ ਦੇ ਕਦ ਤੋਂ ਇਹ ਕੰਮ ਕਰਦੇ ਜੋ ਤੇ ਫਿਰ ਵੀ ਉਹਨਾਂ ਨੇ ਨਾ ਇਹਨਾਂ ਦੇ ਦੁਆਲੇ ਹੋ ਗਏ ਆ ਦੋਵਾਂ ਭਰਾਵਾਂ ਦੇ ਇਹਨਾਂ ਨੂੰ ਬੂਹਿਆਂ 'ਚ ਧੋਇਆ ਇਹਨਾਂ ਨੂੰ ਦੋਵਾਂ ਨੂੰ ਕੀ ਕਰਦੇ ਕੀ ਉਹ ਦੂਜੇ ਬੰਦੇ ਉਹ ਸਮੈਕ ਵੇਚਦੇ ਬੂਹਿਆਂ ਗਾੜੀ ਬੂਹਿਆਂ ਗਾੜੀ ਸਮੈਕ ਵੇਚਦੇ ਸਮੈਕ ਤੋਂ ਟੱਕਿਆ ਵਾ ਫਿਰ ਉਹਨਾਂ ਨੇ ਉਹਨਾਂ ਨਾਲ ਹਰਕਤ ਕੀਤੀ ਆ ਝਗੜਾ ਕਿਉਂ ਹੋਇਆ ਝਗੜਾ ਸਮੈਕ ਤੋਂ ਤੁਹਾਡੇ ਪਿੰਡ 'ਚ ਕੀ ਸਮੈਕ ਵੇਖਦੀ ਹਾਂਜੀ ਵੇਖਦੀ ਆ ਬਹੁਤ ਜ਼ਿਆਦਾ ਸਾਡੇ ਕੋਠੇ ਦੇ ਸਾਈਡਾਂ ਤੇ ਚਾਰ ਸਵੇਰੇ ਵੇਖਦੀ ਆ ਵਿੱਚ ਕਾਹੀ ਅਹੀਂ ਆ ਸਾਡੇ ਘਰ ਵੱਖਰੇ ਦੇ ਨਿਸ਼ਾਨ ਆਡੀਆਂ ਕੋਲ ਮਾਰੋ ਚੁੱਪ ਕਰ ਚੁੱਪ ਕੌਣ ਕੌਣ ਲੋਕ ਇਹਨੇ ਵੇਖ ਰਹੇ ਆ ਤੇ ਕੁਝ ਕਾਰਵਾਈ ਕਿਉਂ ਨਹੀਂ ਕਰਦੀ ਬਿੰਦੂ ਆ ਤੇ ਉਹ ਰਵੀ ਆ ਸੋਖਿਆ ਤੇ ਉਹ ਦੂਜਾ ਕੀ ਟੋਸੇ ਆ ਨਿਸ਼ਾਨ ਬਥੇਰੇ ਉਹਨਾਂ 'ਚ ਘਰ ਆ ਮੁੰਡੇ ਲਾਲੀ ਲੁਲੀ ਸਭ ਸਭ ਹੈਗੇ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਇਹਨਾਂ ਲੋਕਾਂ ਤੇ ਉਹਨਾਂ ਕੋ ਪੈਸੇ ਖਾਂਦੀ ਆ ਸਿੱਧੀ ਜਿਹੜੀ ਗੱਲ ਆ ਪੈਸੇ ਖਾਂਦੀ ਆ ਕੱਲ ਦੀ ਆਉਣ ਦੀ ਸਾਡੇ ਕੋਲੋਂ ਪੈਸਾ ਖਾ ਲਿਆ ਉਹਨਾਂ ਕੋਲੋਂ ਤੁਹਾਡੇ ਵੱਲ ਆਈ ਨਹੀਂ ਆ ਮਾਸਾ ਨਹੀਂ ਆਈ ਸਾਡੇ ਵੱਲ ਤੇ ਇਹਨੇ ਪਤਾ ਕੀ ਕੀਤਾ ਫਿਰ ਉਹਨਾਂ ਨੂੰ ਮਾਰਦਾ ਵਾ ਘਰ ਵਾਲਿਆਂ ਨੇ ਮੇਰੇ ਲੈ ਗਏ ਆ ਹਸਪੀਟਲ ਫਿਰ ਸਾਡੇ ਘਰ ਵੀ ਆਏ ਆ ਕੱਲੀਆਂ ਵਾ ਦੋ ਕੁੜੀਆਂ ਜਵਾਨ ਮੇਰੀਆਂ ਵੇ ਜੇਠ ਦੀਆਂ ਵਾ ਫਿਰ ਚਾਰ ਜਣੀਆਂ ਕੀ ਕਰਦੀ ਘਰੇ ਆਣ ਕੇ ਗੱਲ ਪਏ ਸਾਡੇ ਉਹ ਰਾਤ ਜਦੋਂ ਹਸਪਤਾਲ ਲੈ ਕੇ ਘਰੇ ਆਏ ਵਾ ਮੈਂ ਕੁੜੀਆਂ ਲੈ ਕੇ ਅੰਦਰ ਵੜੀ ਆ ਇਸੇ ਕਰਕੇ ਉਹ 20-25 ਛਾਣੇ ਸੀ ਜਿਹੜੇ ਆਏ ਸਾਡੇ ਘਰੇ ਜੋ ਸਾਡੇ ਸ਼ੀਸ਼ੇ ਬੂਹੇ ਸਾਰੇ ਭੰਨ ਗਏ ਜੋ ਸਾਡੀ ਲੰਬਾਈ 'ਚ ਪੈਸਾ ਸੀ ਨਾ ਉਹ ਵੀ ਕੱਢ ਕੇ ਲੈ ਗਏ ਜੋ ਗਹਿਣਾ ਸੀ ਉਹ ਵੀ ਲੈ ਕੇ ਕੱਢ ਕੇ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਨਾ ਚੌਂਕ 'ਚ ਸ਼ਰੇਆਮ ਨੰਗਾ ਗੰਦ ਪੱਕਿਆ ਉਹਨਾਂ ਚੌਂਕ ਦੇ ਵਿੱਚ ਕਿਉਂ ਕੱਲ ਦਾ ਕੇਸ ਹੋਇਆ ਜੀ ਇੱਕ ਡੈਥ ਹੋ ਗਈ ਹੈ ਤੇ ਇੱਕ ਲੜਕੇ ਨੂੰ ਸੱਟ ਲੱਗੀ ਹੈ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਜੀ ਉਹਦੇ ਵਿੱਚ ਤੇ ਆਪਾਂ ਦੇ ਕੱਲ੍ਹ ਰਾਤ ਤੋਂ ਹੀ ਲਗਾਤਾਰ ਰੇਡ ਕਰ ਰਹੀ ਹੈ ਸਾਡੀ ਟੀਮ ਸਾਰੀ ਕਰ ਰਹੀ ਹੈ ਪਰ ਜਦੋਂ ਜਿਹੜੇ ਕੇਸ ਨੇ ਵੀ ਇਹੋ ਜਿਹਾ ਕੇਸ ਹੁੰਦਾ ਵਾ ਉਦੋਂ ਜਿਹੜਾ ਮੁਲਜ਼ਮ ਹੈ ਉਹ ਉਸ ਜਗ੍ਹਾ 'ਤੇ ਨਹੀਂ ਰਹਿੰਦਾ ਉਹ ਕਿਤੇ ਇੱਧਰ ਉੱਧਰ ਲੁੱਕ ਕੇ ਭੱਜ ਜਾਂਦਾ ਵਾ ਉਹਨੂੰ ਲੱਭਣਾ ਪੈਂਦਾ ਵਾ ਉਹਨੂੰ ਲੱਭਣ ਵਾਸਤੇ ਟਾਈਮ ਚਾਹੀਦਾ ਵਾ ਮੈਂ ਇਹਨਾਂ ਆਪਣੇ ਵੀਰਾਂ ਨੂੰ ਇਹਨਾਂ ਕੋਲ ਟਾਈਮ ਮੰਗਣ ਡਿਆ ਕਿ ਸਾਨੂੰ ਥੋੜ੍ਹਾ ਟਾਈਮ ਦਿੱਤਾ ਜਾਏ ਕਿ ਤਾਂ ਕਿ ਆਪਾਂ ਆਪਣੇ ਕਾਰਵਾਈ ਕਰ ਸਕੀਏ ਹੁਣ ਤੱਕ ਸਾਰਿਆਂ ਦੇ ਘਰਾਂ 'ਚ ਰੇਡ ਕੀਤੇ ਗਏ ਸਾਰਿਆਂ ਦੇ ਘਰਾਂ 'ਚ ਰੇਡ ਕੀਤੇ ਗਏ ਹੈ ਜਿੰਨੇ ਵੀ ਮੁਲਜ਼ਮ ਹੈਗੇ ਸੀ ਉਹਨਾਂ ਸਾਰਿਆਂ ਦੇ ਘਰਾਂ 'ਚ ਘਰ ਦੇ ਵਿੱਚ ਕੋਈ ਨਹੀਂ ਹੈਗਾ ਤਾਲੇ ਲੱਗੇ ਪਾਏ ਗਏ ਕਈ ਦੇ ਆਪਣੀ ਲਾਈਟ ਜਗਦੀ ਛੱਡ ਕੇ ਭੱਜ ਗਏ ਹੋਏ ਆ ਕਈ ਪਰ ਹੁਣ ਆਪਾਂ ਉਹਨਾਂ ਦੀ ਰਿਸ਼ਤੇਦਾਰੀਆਂ ਜਾਣਾ ਉਹਨਾਂ ਦੀਆਂ ਲੁਕਣਗਾਹਾਂ ਜਿਹੜੀਆਂ ਹੈਗੀਆਂ ਵਾ ਉੱਥੇ ਜਾਵਾਂਗੇ ਪਰ ਉੱਥੇ ਤਾਂ ਹੀ ਜਾਵਾਂਗੇ ਜੇ ਇੱਥੋਂ ਆਪਾਂ ਵਿਹਲੇ ਹੋਵਾਂਗੇ 16 ਬੰਦਿਆਂ ਦੇ 302 343 149 452 ਮੇਰਾ ਨਾਮ ਨਿਤਿਨ ਗਿੱਲ ਮਣੀ ਬੜੀ ਸ਼ਰਮ ਦੀ ਗੱਲ ਆ ਕਿ ਪਹਿਲਾਂ ਤਾਂ ਚਿੱਟੇ ਨਾਲ ਮੌਤਾਂ ਹੁੰਦੀਆਂ ਸੀ ਹੁਣ ਚਿੱਟਾ ਵੇਚਣ ਵਾਲੇ ਵੀ ਮੌਤਾਂ ਕਰਨ ਲੱਗ ਪਏ ਆ ਜਿਹੜੀ ਕਿ ਜ਼ਿੰਦਗੀ ਜਿਹੜੀ ਦੋ ਪਾਰ ਜਿਨੀ ਆ ਬੰਦਿਆਂ ਨੇ ਚਿੱਟੇ ਦੀ ਨਸ਼ੇ ਦੇ ਵਾਲਾਂ ਨਾਲ ਲੇਕਿਨ ਹੁਣ ਚਿੱਟਾ ਤਸਕਰਾਂ ਨੇ ਕੀ ਕੀਤਾ ਕਿ ਉਹਨਾਂ ਜ਼ਿੰਦਗੀਆਂ ਨੂੰ ਵੀ ਮਾਰਨਾ ਸ਼ੁਰੂ ਕਰਤਾ ਪੰਜਾਬ 'ਚ ਕਿੱਥੇ ਆ ਪੰਜਾਬ ਦੇ ਜ਼ਮੀਰ ਦੇ ਜਾਗਦੇ ਜ਼ਮੀਰ ਵਾਲੇ ਲੋਕ ਜਿਹੜੇ ਕਿ ਚਿੱਟਾਂ ਨੂੰ ਰੋਕ ਨਹੀਂ ਪਾ ਰਹੇ ਕਿੱਥੇ ਉਹ ਲੋਕ ਕਿੱਥੇ ਉਹ ਪੁਲਿਸ ਜਿਹੜੀ ਦਾਅਵਾ ਕਰਦੀ ਸੀ 7 ਦਿਨ ਸਾਲ ਦੇ ਵਿੱਚ ਇੱਕ ਇਹੋ ਜਿਹੇ ਕੀਤੇ ਜਾਂਦੇ ਨੇ ਕਿ ਜਿਸ 'ਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਅਤੇ ਨਸ਼ੇ ਨੂੰ ਠੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲੇਕਿਨ ਮਾਫ਼ ਕਰਨਾ ਕਹਿਣ ਵਾਲੇ ਪਰਹੇਜ਼ ਨਹੀਂ ਕਰਾਂਗਾ ਕਿ ਉਹ ਵੀ 7 ਦਿਨਾਂ ਦੇ ਵਿੱਚ ਲੋਕ ਚਿੱਟਾ ਪੀਂਦੇ ਨੇ ਉਹ ਵੀ 7 ਦਿਨਾਂ ਦੇ ਵਿੱਚ ਤੀਆਂ ਦੇ ਬਲਾਤਕਾਰ ਹੁੰਦੇ ਨੇ ਉਹ 7 ਦਿਨਾਂ ਦੇ ਵਿੱਚ ਮਰਡਰ ਹੁੰਦੇ ਨੇ ਉਹਨਾਂ 7 ਦਿਨਾਂ ਦੇ ਵਿੱਚ ਵੀ ਜਿਹੜੀ ਹਥਿਆਰਾਂ ਦੀ ਤਸਕਰੀ ਹੁੰਦੀ ਆ ਪੰਜਾਬ ਇਹੋ ਜਿਹੀ ਸਥਿਤੀ 'ਤੇ ਆ ਚੁੱਕਾ ਵਾ ਅੱਜ ਜਿਹੜਾ ਮਸਲਾ ਵਾ ਕਿ ਕੱਲ੍ਹ ਬਰਪਾਲਾ ਪਿੰਡ ਦੇ ਵਿੱਚ ਜਿਹੜਾ ਕਿ ਲੋਕਾਂ ਨੇ ਆਪਣੇ ਕੋਈ ਵੀਰਾਂ ਨੇ ਚਿੱਟਾ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਚਿੱਟਾ ਤਸਕਰ ਕਿਤੇ ਜ਼ਿਆਦਾ ਹੋ ਗਏ ਸੀ ਕਿਉਂਕਿ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਲੋਕ ਘੱਟ ਨੇ ਅਤੇ ਨਸ਼ੇ ਦੇ ਤਸਕਰ ਜ਼ਿਆਦਾ ਨੇ ਉਹ ਜਿਹੜੀ ਤਾਦਾਦ ਵਧੀ ਉਹ ਤਾਦਾਦ ਨੇ ਉਹ ਦੋ ਲੜਕਿਆਂ ਨੂੰ ਬੇਰਾਮੀ ਨਾਲ ਕੁੱਟਿਆ ਜਿਹਦੇ ਵਿੱਚੋਂ ਇੱਕ ਲੜਕੇ ਦੀ ਮੌਤ ਹੋ ਗਈ ਆ ਅਤੇ ਦੂਜਾ ਅੱਜ ਵੀ
गुरु रामदास होस्पिटल जिंदगी मौत दे नाल झूझ रहा वा, लेकिन उहदा नाम जिहड़ा हैगा राणा नाम सी उहदा पक्का थोइया, उहदा नाम राणा वा, छोटा नाम काका कहिंदे उहनूं। ते बड़ी शर्म दी गल आ कि हले तक पुलिस प्रशासन दी मानसिकता काम नहीं कर रही। पुलिस प्रशासन ने जे उहदी जनानी दे कपड़े फाड़े गए तां उह तारा नहीं लाईआ, घर वड़ के खोह कीती गई उह तारा नहीं लाईआ, घर अज दूजा जिहड़ा बंदा जिंदगी मौत नाल झूझ रहा वा उहदा हजे तक कोई बयान नहीं लिया। मैनूं लगदा कि इह जिहड़े चिट्टा विखाउंदे आ थाणिआं 'च ही विखाउंदे आ, सभनां सेफ थां थाणा ही आ, क्योंकि साडे घर ते तलाश कर लैंदी पुलिस प्रशासन, साडे घर दे वरंट ते निकल आउंदे आ, साडे घर दीआं चैकिंगां हो जांदीआं, साडीआं तलाशियां हो जांदीआं, लेकिन पुलिस दे थाणे दीआं तलाशियां नहीं होंदीआं। चिट्टा जिहड़ा विकदा थाणिआं तों ही विकदा, इह पंजाब 'च पता लग गिआ लोकां नूं, ते दर्शाण दी लोड़ नहीं, पुलिस प्रशासन ही विखाउंदी आ। की मंग करिए कि चिट्टा होर विका दो, की मंग करिए कि गैंगस्टर होर वधा दो, की पुलिस को मंग करिए कि तस्करी होर करा दो। जे एक तस्कर चुकया जांदा ते दूजा पुलिस प्रशासन ट्यूशन दे के बना दिंदा, पुलिस प्रशासन को की मंग करदे आ। सानू पुलिस प्रशासन ते कोई यकीन नहीं रहा, पुलिस प्रशासन चलदियां फिरदियां डांसरां बन चुकियां वा, जो MLA दे इशारियां ते नचदियां, सानू पुलिस ते यकीन नहीं रहा। आश्वासन यही दिता गया कि